ਪੰਜਾਬ ਦੇ ਵਿੱਚ ਪਤੰਗ ਉਡਾਉਣ ਦਾ ਜੋਸ਼ ਇੱਕ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਪਤੰਗ ਫੈਸਟੀਵਲ ਜੋ ਹੈ ਇਸ ਦਾ ਥੀਮ ਜੋ ਹੈ ਉਹ ਵੀ ਕਾਫੀ ਜ਼ਿਆਦਾ ਹੈਰਤ ਅੰਗੇਜ਼ ਹੈ। ਗੱਲ ਦੱਸ ਦਈਏ ਕਿ ਇਸ ਦੇ ਵਿੱਚ ਕਈ ਸਾਰੇ ਦੇਸ਼ਾਂ ਦੇ ਲੋਕ ਨੇ ਉਹ ਜਿਹੜੇ ਕਿ ਆਏ ਨੇ ਅਤੇ ਉਹਨਾਂ ਦੇ ਵੱਲੋਂ ਅਲੱਗ ਅਲੱਗ ਥੀਮ ਦੇ ਜਿਹੜੇ ਪਤੰਗ ਨੇ ਉਹ ਵੀ ਲਿਆਂਦੇ ਜਾ ਰਹੇ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਜੋਸ਼ ਅਤੇ ਖੁਸ਼ੀ ਵੇਖੀ ਜਾ ਰਹੀ ਹੈ। ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਵੀ 7 ਜਨਵਰੀ ਨੂੰ ਅੰਤਰਰਾਸ਼ਟਰੀ ਪਤੰਗ ਉਤਸਵ ਦੇ ਵਿੱਚ ਉਦਘਾਟਨ ਸਮਾਰੋਹ ਕੀਤਾ ਸੀ ਅਤੇ ਇਹ ਪਤੰਗ ਮੇਲਾ ਦੱਸਦੀ ਹੈ ਕਿ ਗੁਜਰਾਤ ਦੇ ਵਿੱਚ 7 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਚੱਲਣ ਵਾਲਾ ਹੈ। ਦਰਅਸਲ ਮਕਰ ਸੰਕ੍ਰਾਂਤੀ ਦਾ ਤਿਉਹਾਰ 14 ਜਨਵਰੀ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦੇਸ਼ ਭਰ ਦੇ ਵਿੱਚ ਆਸਮਾਨ ਦੇ ਵਿੱਚ ਪਤੰਗ ਉਡਾਏ ਜਾਂਦੇ ਨੇ ਅਤੇ ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਪਤੰਗ ਦੇ ਤਿਉਹਾਰ ਯਾਨੀ ਕਿ ਕਾਈਟ ਫੈਸਟੀਵਲ ਦੇ ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਆਸਮਾਨ ਦੇ ਵਿੱਚ ਸਿਰਫ ਪਤੰਗਾਂ ਹੀ ਪਤੰਗਾਂ ਦਿਖਾਈ ਦਿੰਦੀਆਂ ਨੇ ਜਿਸ ਵਿੱਚ ਲੋਕ ਸਮੂਹਾਂ ਦੇ ਵਿੱਚ ਹੁੰਦੇ ਨੇ ਯਾਨੀ ਕਿ ਗਰੁੱਪਸ ਵਿੱਚ ਹੁੰਦੇ ਨੇ ਅਤੇ ਇੱਕ ਦੂਸਰੇ ਤੋਂ ਪਤੰਗ ਦੀਆਂ ਜਿਹੜੀਆਂ ਹੈਗੀਆਂ ਨੇ ਪੇਚੇ ਲੜਾ ਕੇ ਆਪਣੀਆਂ ਗੱਲਾਂ ਜੋ ਨੇ ਆਪਣੇ ਭਾਵਨਾਵਾਂ ਜੋ ਨੇ ਉਹ ਜ਼ਾਹਿਰ ਕਰਦੇ ਨੇ। ਇਸ ਦਰਮਿਆਨ ਦੱਸ ਦਈਏ ਕਿ ਗੁਜਰਾਤ ਦੇ ਲੋਕਾਂ ਦੇ ਵਿੱਚ ਵੀ ਪਤੰਗ ਦਾ ਜੋਸ਼ ਠਾਠਾ ਮਾਰਦਾ ਹੈ ਅਤੇ ਲੋਕਾਂ ਦੇ ਵਿੱਚ ਇਹ ਜਨੂਨ ਇਹ ਜੋਸ਼ ਜੋ ਹੈ ਇਹ ਵੇਖ ਕੇ ਪਤਾ ਲੱਗ ਸਕਦਾ ਹੈ ਕਿ ਭਾਰਤ ਦੇ ਵਿੱਚ ਪਤੰਗ ਦਾ ਫੈਸਟੀਵਲ ਯਾਨੀ ਕਿ ਇੰਟਰਨੈਸ਼ਨਲ ਕਾਈਟ ਫੈਸਟੀਵਲ ਸ਼ੁਰੂ ਹੋ ਚੁੱਕਾ ਹੈ। ਪਰੰਤੂ ਇਸ ਸਭ ਦੇ ਦਰਮਿਆਨ ਵੱਡੀ ਗੱਲ ਇਹ ਹੈ ਕਿ ਇਸ ਵਾਰ ਦਾ ਜਿਹੜਾ ਕਾਈਟ ਫੈਸਟੀਵਲ ਹੈ ਇਸ ਦੇ ਵਿੱਚ ਇੱਕ ਥੀਮ ਰੱਖਿਆ ਗਿਆ ਹੈ ਅਤੇ ਇਸ ਥੀਮ ਨੂੰ ਖਾਸ ਤੌਰ ਦੇ ਉੱਪਰ ਭਗਵਾਨ ਰਾਮ ਦੇ ਉੱਪਰ ਕੇਂਦਰਿਤ ਕੀਤਾ ਗਿਆ ਹੈ। ਯਾਨੀ ਕਿ ਇਸ ਵਾਰ ਪਤੰਗ ਫੈਸਟੀਵਲ ਦੇ ਵਿੱਚ ਪਤੰਗ ਉਡਾਉਣ ਦੀ ਸ਼ੁਰੂਆਤ ਭਗਵਾਨ ਰਾਮ ਜੀ ਦੀ ਮੂਰਤੀ ਦੇ ਨਾਲ ਪਤੰਗ ਉਡਾਉਣ ਦੇ ਨਾਲ ਕੀਤੀ ਗਈ ਸੀ। ਦੱਸ ਦਈਏ ਕਿ ਵਡੋਦਰਾ ਦੇ ਵਿੱਚ 8 ਜਨਵਰੀ ਨੂੰ, ਏਕਤਾ ਨਗਰ ਦੇ ਵਿੱਚ 9 ਜਨਵਰੀ ਨੂੰ, ਸੂਰਤ ਅਤੇ ਰਾਜਕੋਟ ਦੇ ਵਿੱਚ 10 ਜਨਵਰੀ ਨੂੰ, ਵਾਰ ਨਗਰ ਦੇ ਵਿੱਚ 11 ਜਨਵਰੀ ਨੂੰ ਅਤੇ ਨਦਾਬੇਟ ਦੇ ਵਿੱਚ 12 ਜਨਵਰੀ ਨੂੰ ਪਤੰਗ ਉਤਸਵ ਜੋ ਹੈ ਉਹ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਦਰਮਿਆਨ ਲੋਕਾਂ ਦੇ ਵਿੱਚ ਕਿੰਨਾ ਜ਼ਿਆਦਾ ਜੋਸ਼ ਹੈ ਉਹ ਤਾਂ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੇਖ ਕੇ ਅੰਦਾਜ਼ਾ ਲਗਾ ਹੀ ਸਕਦੇ ਹੋ। ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀਵੀ।